ਮੇਰੇ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਜੋ ਪਿਛਲੇ ਦਿਨੀ ਕਰਫਿਊ ਦੌਰਾਨ ਕਰਕੇ ਜਾਂ ਲੋਕਡਾਊਨ ਹੋਣ ਕਰਕੇ ਪੰਜਾਬ ਦੇ ਵਿੱਚ ਨਸ਼ਾ ਛੁਡਾਓ ਕੇਂਦਰ ਜਾਂ ਵੋਟ ਕਲੀਨਿਕ ਜਾਂ ਇਹਨਾਂ ਨਾਲ ਸੰਬੰਧਿਤ ਸਾਰੇ ਅਦਾਰੇ ਬੰਦ ਕੀਤੇ ਗਏ ਸੀ। ਅੱਜ ਸਰਕਾਰ ਨੇ ਉਹਨਾਂ ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਲਿਆ ਹੈ। ਬਕਾਇਦਾ ਇਹ ਨਿਰਦੇਸ਼ DC ਸਾਹਿਬਾਨ ਔਰ ਪੁਲਿਸ ਅਫਸਰ ਸਾਹਿਬਾਨਾਂ ਨੂੰ ਦਿੱਤੇ ਗਏ ਨੇ ਕਿ ਇਹ ਕੇਂਦਰ ਖੋਲ੍ਹੇ ਜਾਣ ਅਤੇ ਉੱਥੇ ਜੋ ਲੋਕ ਉੱਥੇ 4 ਲੱਖ ਦੇ ਕਰੀਬ ਜਿਹੜੇ ਨੌਜਵਾਨ ਜਾਂ ਲੋਕ ਉੱਥੋਂ ਇਲਾਜ ਲੈ ਰਹੇ ਸੀਗੇ ਜਾਂ ਦਵਾਈ ਲੈ ਰਹੇ ਸੀ ਉਹਨਾਂ ਨੂੰ ਪ੍ਰੋਪਰ ਦਵਾਈ ਦਿੱਤੀ ਜਾਵੇ। ਔਰ ਜਿਹੜੀ ਇਹ ਦਵਾਈ ਹੈ ਇਹ ਵੀ ਨਹੀਂ ਕਿ ਇੱਕ ਦਿਨ ਦੀ ਦਿੱਤੀ ਜਾਵੇ, ਬਕਾਇਦਾ ਉਹਨਾਂ ਨੂੰ 14 ਦਿਨ ਦੀ ਦਵਾਈ ਦਿੱਤੀ ਜਾਵੇ ਤਾਂ ਕਿ ਉਹਨਾਂ ਨੂੰ ਵਾਰ ਵਾਰ ਇਹਨਾਂ ਕੇਂਦਰਾਂ 'ਚ ਨਾ ਆਉਣਾ ਪਵੇ। ਔਰ ਮੈਂ ਇੱਥੇ ਗੱਲ ਹੋਰ ਦੱਸਣੀ ਚਾਹੁੰਦਾ ਕਿ ਜੇ ਉਹਨਾਂ ਨੂੰ ਕੋਈ ਬਕਾਇਦਾ ਕੋਈ ਪਾਸ ਲੈਣ ਦੀ ਜ਼ਰੂਰਤ ਨਹੀਂ, ਜਿਹਨਾਂ ਕੋਲ ਸਲਿੱਪ ਹੈਗੀ ਆ ਜਾਂ ਕੋਈ ਕਾਰਡ ਹੈਗਾ ਕਿਸੇ ਹੋਸਪਿਟਲ ਦਾ ਬਣਿਆ, ਉਹ ਕਾਰਡ ਦਿਖਾ ਕੇ ਕਰਫਿਊ ਵਿੱਚ ਵੀ ਨਿਰਵਿਘਨ ਜਾ ਕੇ ਆਪਣੀ ਦਵਾਈ ਲੈ ਸਕਦੇ ਨੇ। ਔਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਖਾਸ ਕਰਕੇ ਇਹ ਗੱਲ ਕਹਿਣੀ ਚਾਹੁੰਦਾ ਕਿ ਸੂਬੇ ਦੇ ਮੁੱਖ ਮੰਤਰੀ ਸਾਹਿਬ ਦੇ ਹੁਕਮ ਨੇ, ਇਹਨਾਂ ਦੀ ਇਨ ਬਿਨ ਪਾਲਣਾ ਕੀਤੀ ਜਾਵੇ, ਬਕਾਇਦਾ ਉਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ ਜਿਹੜੇ ਇਸ ਤਰੀਕੇ ਨਾਲ ਦਵਾਈ ਲੈਣ ਜਾਂਦੇ ਨੇ। ਔਰ ਇੱਕ ਹੋਰ ਮੈਂ ਗੱਲ ਖਾਸ ਕਰਕੇ ਦੱਸਣੀ ਚਾਹੁੰਦਾ ਕਿ ਕੁਛ ਨੌਜਵਾਨ ਜਿਹੜੇ ਕਿ ਕਈ ਹੋਰ ਤਰ੍ਹਾਂ ਦੇ ਨਸ਼ੇ ਕਰਦੇ ਸੀਗੇ, ਅੱਜ ਉਹਨਾਂ ਵਾਸਤੇ ਵੀ ਇੱਕ ਸੁਨਹਿਰੀ ਮੌਕਾ ਹੈ ਕਿ ਉਹ ਇਸ ਦਵਾਈ ਦਾ ਆਪਣਾ ਇੱਥੇ ਇਸ ਵਿੱਚ ਸ਼ਾਮਿਲ ਹੋ ਕੇ ਦਵਾਈ ਸ਼ੁਰੂ ਕਰ ਸਕਦੇ ਨੇ ਔਰ ਆਪਣਾ ਨਵਾਂ ਜੀਵਨ ਬਸਰ ਕਰ ਸਕਦੇ ਨੇ। ਮੈਂ ਉਹਨਾਂ ਸਾਰੇ ਆਪਣੇ ਮਾਤਾ ਪਿਤਾ ਜਿਹੜੇ ਜਿਹਨਾਂ ਦੇ ਬੱਚੇ ਗਲਤ ਰਸਤੇ ਪਏ ਨੇ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ, ਉਹ ਅੱਜ ਆਪਣੇ ਬੱਚਿਆਂ ਨੂੰ ਇਸ ਦਵਾਈ ਦੇ ਨਾਲ ਜੋੜ ਕੇ ਨਵਾਂ ਜੀਵਨ ਦੇ ਸਕਦੇ ਨੇ। ਪਲੱਸ ਜੇਕਰ ਉਹਨਾਂ ਨੂੰ ਕੋਈ ਕਿਸ ਤਰੀਕੇ ਦੀ ਸਹੂਲਤ ਨਾ ਹੋਵੇ ਤਾਂ 104 ਨੰਬਰ ਜਿਹੜੀ ਹੈਲਪਲਾਈਨ ਇਸ ਵਾਸਤੇ ਚਾਲੂ ਕੀਤੀ ਗਈ ਹੈ, ਇਹਦੇ ਉੱਤੋਂ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਨੇ। ਔਰ ਕੁਛ ਲੋਕ ਜਿਹੜੇ ਕਿ ਇੱਕ ਵਾਰੀ ਗਲਤ ਇਸ ਗੱਲ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੇ, ਉਹਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਔਰ ਦੂਜਾ ਮੈਂ ਇਹ ਕਹੂੰਗਾ ਕਿ ਜਿੰਨੀਆਂ ਵੀ ਸੰਸਥਾਵਾਂ ਨੇ ਜਿਹੜੀਆਂ ਕਿ ਸਮਾਜ ਸੇਵੀ ਸੰਸਥਾਵਾਂ ਪਲੱਸ ਪੰਜ ਸਾਹਿਬਾਨ ਪਲੱਸ ਜਿਹੜੇ ਸਾਡੇ ਕੌਂਸਲਰ ਸਾਹਿਬਾਨ ਅਤੇ ਮਿਊਂਸਪੈਲਿਟੀ ਦੇ ਪ੍ਰਧਾਨ ਸਾਹਿਬਾਨ ਜਾਂ ਜਿਹੜੀਆਂ ਹੋਰ NGO ਇਸ ਵਾਸਤੇ ਕੰਮ ਕਰਦੀਆਂ ਨੇ, ਉਹਨਾਂ ਨੂੰ ਮੇਰੀ ਇੱਕ ਅਪੀਲ ਹੈ ਕਿ ਉਹ ਜਿਹੜੀਆਂ ਇਹ ਚਾਹੁੰਦੇ ਨੇ ਕਿ ਪੰਜਾਬ ਨਸ਼ਾ ਮੁਕਤ ਹੋਵੇ ਅਤੇ ਪੰਜਾਬ 'ਚੋਂ ਇਸ ਕੋਹੜ ਦਾ ਖਾਤਮਾ ਹੋਵੇ, ਉਹ ਵੀ ਇਸ ਸ਼ਾਮਿਲ ਹੋ ਕੇ ਲੋਕਾਂ ਦੀ ਮਦਦ ਕਰਨ ਤਾਂ ਕਿ ਜੋ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਅਦਾ ਕੀਤਾ ਸੀ ਕਿ ਪੰਜਾਬ ਨਸ਼ਾ ਮੁਕਤ ਕਰਨਾ ਉਹ ਪੂਰਾ ਹੋ ਸਕੇ। ਮੈਂ ਸਾਰੇ ਹੀ ਪੰਜਾਬ ਦੇ ਨੌਜਵਾਨਾਂ ਦੀ ਤੰਦਰੁਸਤੀ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹੋਇਆ ਅਰਦਾਸ ਕਰਦਾ ਕਿ ਪ੍ਰਮੁੱਖ ਸੱਚੇ ਪਾਤਸ਼ਾਹ ਨੂੰ ਹਿੰਮਤ ਔਰ ਤਾਕਤ ਬਖਸ਼ੇ ਅਤੇ ਇਸ ਕੋਹੜ ਤੋਂ ਉਹ ਰਜਾਗਤ ਪਾਉਣ ਅਤੇ ਇੱਕ ਚੰਗੇ ਸ਼ਹਿਰੀ ਬਣ ਕੇ ਚੰਗੇ ਨਾਗਰਿਕ ਬਣ ਕੇ ਦੇਸ਼ ਦੇ ਕੌਮ ਦੀ ਸੇਵਾ ਕਰਨ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਸਾਰਿਆਂ ਨੂੰ ਫਿਰ ਦੁਬਾਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੈਂ ਫਤਿਹ ਬੁਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।